ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ। ਲਾਈਵ ਕਵਰੇਜ ਲਈ ਸੰਪਰਕ ਕਰੋ। ਭਗਵਾਨ ਵਾਲਮੀਕ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਭਗਵਾਨ ਵਾਲਮੀਕ ਆਸ਼ਰਮ ਗੁਰਾਇਆ ਪ੍ਰਬੰਧਕ ਕਮੇਟੀ ਵੱਲੋਂ ਭਗਵਾਨ ਵਾਲਮੀਕ ਆਸ਼ਰਮ ਤੋਂ ਸ਼ੋਭਾ ਯਾਤਰਾ ਕੱਢੀ ਗਈ, ਜੋ ਕਿ ਭਗਵਾਨ ਵਾਲਮੀਕ ਆਸ਼ਰਮ ਜੈ ਹਿੰਦ ਕਲੋਨੀ ਗੁਰਾਇਆ ਤੋਂ ਆਰੰਭ ਹੋ ਕੇ ਸ਼ਹਿਰ ਦੇ ਵੱਖ ਵੱਖ ਥਾਵਾਂ ਤੋਂ ਹੁੰਦੀ ਹੋਈ ਵਾਪਸ ਆਸ਼ਰਮ ਵਿਖੇ ਸਮਾਪਤ ਹੋਈ। ਸ਼ੋਭਾ ਯਾਤਰਾ ਦੌਰਾਨ ਭਗਵਾਨ ਵਾਲਮੀਕ ਜੀ ਦੇ ਜੀਵਨ ਕਾਲ ਨਾਲ ਸੰਬੰਧਿਤ ਸਜਾਈਆਂ ਗਈਆਂ ਝਾਕੀਆਂ ਖਾਸ ਖਿੱਚ ਦਾ ਕੇਂਦਰ ਰਹੀਆਂ। ਇਸ ਮੌਕੇ ਕਮੇਟੀ ਵੱਲੋਂ ਸਹਿਯੋਗੀਆਂ ਨੂੰ ਸਿਰੋਪਾਏ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚੌਧਰੀ ਵਿਕਰਮਜੀਤ ਸਿੰਘ, ਚੌਧਰੀ ਹਲਕਾ ਇੰਚਾਰਜ ਬਲਦੇਵ ਸਿੰਘ ਖਹਿਰਾ, ਵਿਧਾਇਕ ਹਲਕਾ ਫਲੌਰ, ਕਮੇਟੀ ਪ੍ਰਧਾਨ ਗੁਰਪਾਲ ਚੰਦ, ਕਮਲ ਵਾਲਮੀਕ, ਸੁਦੇਸ਼ ਕੁਮਾਰ ਬਿੱਲਾ ਚੇਅਰਮੈਨ, ਸੰਜੇ ਅਟਵਾਲ ਪ੍ਰਧਾਨ ਵਾਲਮੀਕ, ਸਿਟੀ ਸਭਾ ਗੁਰਾਇਆ ਵਾਈਸ ਪ੍ਰਧਾਨ ਪਰਮਜੀਤ ਪੰਮੀ, ਵਿਨੋਦ ਕੁਮਾਰ, ਵਿਪਨ ਕੁਮਾਰ, ਰਵੀ ਕੁਮਾਰ, ਰਾਧੇ ਸ਼ਾਮ ਸਰੋਤ, ਲਾਡੀ ਗਿੱਲ, ਕਮਲਦੀਪ ਸਿੰਘ ਬਿੱਟੂ ਪ੍ਰਧਾਨ ਨਗਰ ਕੌਂਸਲ ਗੁਰਾਇਆ, ਹਰਜਿੰਦਰ ਸਿੰਘ ਲੱਲੀਆਂ, ਐਮ ਸੀ ਰਾਜੀਵ ਪੁੰਜ, ਗੁਰਮੀਤ ਸਿੰਘ, ਐਮ ਸੀ ਬਲਜਿੰਦਰ ਕੁਮਾਰ, ਐਮ ਸੀ ਜਸਵਿੰਦਰ ਚਿੰਤਾ, ਜੀਵਨ ਕੁਮਾਰ, ਐਮ ਸੀ ਰੋਸ਼ਨ ਲਾਲ, ਦਾਰਾ ਸਿੰਘ ਰਾਏ, ਰਕੇਸ਼ ਦੁੱਗਲ ਬਲਾਕ ਪ੍ਰਧਾਨ ਕਾਂਗਰਸ, ਸੁਖਦੇਵ ਛਾਬੜਾ, ਹਰਜੀਵਨ ਜੈਨ, ਹਰਮਿੰਦਰ ਸਿੰਘ, ਅਨਿਲ ਜੋਸ਼ੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ। ਅੱਜ ਭਗਵਾਨ ਵਾਲਮੀਕਿ ਜੈਨ ਕਲੋਨੀ ਪ੍ਰਬੰਧਕ ਕਮੇਟੀ ਭਗਵਾਨ ਵਾਲਮੀਕਿ ਆਸ਼ਰਮ ਵੱਲੋਂ ਸ਼ੁਭ ਯਾਤਰਾ ਕੱਢੀ ਜਾ ਰਹੀ ਹੈ, ਜੋ ਕਿ ਸ਼ਹਿਰ ਦੇ ਵਿੱਚ ਵੱਖ ਵੱਖ ਸਾਈਟ 'ਤੇ ਹੁੰਦੇ ਹੋਏ ਦੁਆਰਾ ਵਾਪਸ ਮਤਲਬ ਵਾਲਮੀਕਿ ਆਸ਼ਰਮ ਸਮਾਪਤ ਹੋਏਗੀ। ਔਰ ਇਹ ਸਹਿਯੋਗੀ ਸ਼ਹਿਰ ਨਿਵਾਸੀ, ਨਗਰ ਨਿਵਾਸੀ ਔਰ ਆਪਣੇ ਸ੍ਰੀ ਵਾਲਮੀਕ ਸਭਾ, ਭਗਵਾਨ ਵਾਲਮੀਕਿ ਦੇ ਜਿੰਨੇ ਸੇਵਾਦਾਰ, ਰਵਿਦਾਸ ਭਾਵਾਂ, ਅੰਬੇਦਕਰ ਸਹਿਲਾ, ਸਾਰਿਆਂ ਦੇ ਅਸੀਂ ਧੰਨਵਾਦ। ਚੇਤਾ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਸਮੁੱਚੀਆਂ ਸੰਗਤਾਂ ਬੜੇ ਸਤਿਕਾਰ ਅਤੇ ਸ਼ਰਧਾ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਮਨਾ ਰਹੀਆਂ। ਅੱਜ ਭਗਵਾਨ ਵਾਲਮੀਕ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੋਭਾ ਯਾਤਰਾਵਾਂ ਪੂਰੇ ਦੇਸ਼ ਦੇ ਵਿੱਚ ਬੜੇ ਸਤਿਕਾਰ ਅਤੇ ਸ਼ਰਧਾ ਦੇ ਨਾਲ ਕੱਢੀਆਂ ਜਾ ਰਹੀਆਂ। ਉਸੇ ਲੜੀ ਦੇ ਤਹਿਤ ਗੁਰਾਇਆ ਸ਼ਹਿਰ ਦੀਆਂ ਸੰਗਤਾਂ ਵੱਲੋਂ ਗੁਰੂ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੋਭਾ ਯਾਤਰਾ ਦਾ ਆਗਾਜ਼ ਹੋਇਆ, ਜੋ ਪੂਰੇ ਸ਼ਹਿਰ ਦੇ ਵਿੱਚ ਪਰਿਕਰਮਾ ਕਰ ਰਹੀ ਹੈ। ਮੈਂ ਜਿੱਥੇ ਸਮੁੱਚੀਆਂ ਸੰਗਤਾਂ ਨੂੰ ਭਗਵਾਨ ਵਾਲਮੀਕ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਾ, ਉੱਥੇ ਹੀ ਗੁਰੂ ਮਹਾਰਾਜ ਦੇ ਚਰਨਾਂ 'ਚ ਇਹੀ ਅਰਦਾਸ ਕਰਦਾ ਕਿ ਗੁਰੂ ਮਹਾਰਾਜ ਸਮੁੱਚੀ ਕੌਮ ਅਤੇ ਸਮਾਜ 'ਤੇ ਮਿਹਰ ਭਰੀ ਨਿਗਾਹ ਬਣਾਈ ਰੱਖਣ ਅਤੇ ਆਉਣ ਵਾਲੇ ਟਾਈਮ ਦੇ ਵਿੱਚ ਸਮੁੱਚੀਆਂ ਸੰਗਤਾਂ ਚੜ੍ਹਦੀ ਕਲਾ ਦੇ ਵਿੱਚ ਰਹਿਣ, ਸਾਰੇ ਪਰਿਵਾਰਾਂ ਦੇ ਵਿੱਚ ਅਮਨ ਸ਼ਾਂਤੀ ਦੇ ਵਿੱਚ ਵਾਧਾ ਹੋਵੇ। ਸਮੁੱਚੀਆਂ ਸੰਗਤਾਂ ਨੂੰ ਫਿਰ ਦੁਬਾਰਾ ਤੋਂ ਲੱਖ ਲੱਖ ਵਧਾਈਆਂ, ਧੰਨਵਾਦ। ਭਗਵਾਨ ਵਾਲਮੀਕ ਮਹਾਰਾਜ ਦੇ ਪ੍ਰਕਾਸ਼ ਉਤਸਵ ਦੀ ਸਾਰੇ ਹੀ ਇਲਾਕੇ ਨਿਵਾਸੀਆਂ ਨੂੰ ਬਹੁਤ ਸ਼ੁਭਕਾਮਨਾਵਾਂ। ਅੱਜ ਗੁਰਾਇਆ ਸ਼ਹਿਰ ਔਰ ਫਲੌਰ ਸ਼ਹਿਰ ਦੇ ਵਿੱਚ ਬਹੁਤ ਹੀ ਪ੍ਰਭਾਵਸ਼ਾਲੀ ਨਗਰ ਕੀਰਤਨ ਸੰਗਤ ਵੱਲੋਂ ਅੱਜ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਮੈਂ ਆਪਣੇ ਵੱਲੋਂ, ਆਪਣੀ ਪਾਰਟੀ ਵੱਲੋਂ ਸਾਰੇ ਹੀ ਆਏ ਹੋਏ ਸਾਥੀਆਂ ਨੂੰ, ਸਾਰੇ ਹੀ ਸੰਗਤ ਨੂੰ ਅੱਜ ਦੇ ਇਸ ਸ਼ੁਭ ਦਿਹਾੜੇ ਦੀ ਵਧਾਈ ਦਿੰਦਾ ਔਰ ਅਰਦਾਸ ਕਰਦਾ ਕਿ ਮਹਾਰਾਜ ਆਪਣਾ ਜਿਹੜਾ ਓਟਾ ਆਸਰਾ ਤੁਹਾਡੇ ਸਾਰਿਆਂ 'ਤੇ ਬਣਾਏ ਰੱਖਣ ਔਰ ਆਉਣ ਵਾਲਾ ਜਿਹੜਾ ਦਿਵਾਲੀ ਹੈ, ਨਵਾਂ ਸਾਲ ਹੈ, ਉਹ ਸਾਰਿਆਂ ਦਾ ਬਹੁਤ ਖੁਸ਼ੀਆਂ ਭਰਿਆ ਹੋਵੇ, ਤਰੱਕੀਆਂ ਭਰਿਆ। ਵਾਲਮੀਕ ਮਹਾਰਾਜ ਜੀ ਦਾ ਪ੍ਰਗਟ ਉਤਸਵ 'ਤੇ ਸ਼ੋਭਾ ਯਾਤਰਾ ਕੱਢੀ ਗਈ, ਜੋ ਜੈ ਹਿੰਦ ਕਲੋਨੀ ਤੋਂ ਚੱਲਦੀ ਹੋਈ ਸਾਰੇ ਸ਼ਹਿਰ ਦੀਆਂ ਵੱਖ ਵੱਖ ਪਰਿਕਰਮਾ ਕਰਦੀ ਹੋਈ ਰਾਮਗੜੀਆ ਮਹੱਲੇ ਵਾਲਮੀਕ ਧਰਮਸ਼ਾਲਾ ਵਿੱਚ ਸਮਾਪਤ ਹੋਈ, ਜਿਸ ਵਿੱਚ ਬਹੁਤ ਸੁੰਦਰ ਸੁੰਦਰ ਝਾਕੀਆਂ ਕੱਢੀਆਂ ਗਈਆਂ। ਇਸ ਸ਼ੋਭਾ ਯਾਤਰਾ ਦੇ ਮੁੱਖ ਮਹਿਮਾਨ ਸ਼੍ਰੀ ਵਿਕਰਮ ਚੌਧਰੀ ਜੀ ਆਏ, ਉਹਨਾਂ ਨੇ ਸ਼ੋਭਾ ਯਾਤਰਾ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਮੈਂ ਬਹੁਤ ਧੰਨਵਾਦ ਕਰਦਾ ਵਿਕਰਮ ਚੌਧਰੀ ਜੀ ਦਾ ਅਤੇ ਉਹ ਵੱਖ ਵੱਖ ਸੰਗਤਾਂ ਦਾ, ਜਿਸ ਨੇ ਇਸ ਵਿੱਚ ਸ਼ਾਮਿਲ ਹੋ ਕੇ ਸ਼ੋਭਾ ਯਾਤਰਾ ਦਾ ਮਾਣ ਵਧਾਇਆ।
ਸਾਰਿਆਂ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈ।